ਕਿੰਨੇ ਦਾ ਮਰੰਡਾ ਹੈ ਜੀ? ਇਹ 10 ਰੁਪਏ ਆ ਜੀ। ਸਾਰੇ ਕਿੰਨੇ ਦੇ ਆ ਜੀ? ਇਹ ਸਾਰੇ ਜੀ 10 ਰੁਪਏ ਲਾਲਾ, ਇਹ 12 ਤੇ 10 ਤੋਂ 20 21 ਹੋ ਗਈ, 2 ਲੱਖ ਦੇ ਹੋ ਗਏ ਜੀ। ਕਿੰਨੇ ਜੀ? 210 ਦੇ ਹੋ ਗਏ। 210 ਦੇ ਉਹ ਦੂਜੇ ਕਿੰਨੇ ਦੇ ਆ? ਉਹ ਗਿਣੇ ਦੇ ਪਤਾ ਲੱਗੂ ਜੀ। ਗਿਣੋ ਉਹਨਾਂ ਨੂੰ ਵੀ ਗਿਣੋ। ਸਤਿ ਸ੍ਰੀ ਅਕਾਲ ਬਾਪੂ ਜੀ। ਸਤਿ ਸ੍ਰੀ ਅਕਾਲ ਜੀ। ਕੀ ਨਾਮ ਹੈ ਜੀ ਤੁਹਾਡਾ? ਮੇਰਾ ਹਰਪਾਲ ਸਿੰਘ ਹੈ ਜੀ। ਹਰਪਾਲ ਸਿੰਘ? ਹਾਂ ਜੀ। ਕਿੱਥੋਂ ਆਉਂਦੇ ਹੋ ਤੁਸੀਂ? ਬੇਗੋਵਾਲ ਤੋਂ ਆ ਜੀ। ਬੇਗੋਵਾਲ ਤੋਂ? ਹਾਂ ਜੀ। ਪਰਿਵਾਰ ਕੀ ਕਰਦਾ ਜੀ? ਆ ਕੰਮ ਕਰਦੇ ਜੀ ਮੁੰਡੇ। ਕੰਮ ਕਰਦੇ? ਹਾਂ ਜੀ। ਫਿਰ ਉਹਨਾਂ ਨੇ ਤੁਹਾਨੂੰ ਵੀ ਲਾਇਆ ਹੋਇਆ ਕੰਮ? ਉਹ ਹੁਣ ਕਰੀ ਜਾਂਦਾ ਜੀ, ਜਿੰਨਾ ਚਿਰ ਚੱਲਦੀਆਂ ਉਹਨਾਂ ਚਿਰ। ਅੱਛਾ ਜੀ। ਜਿੰਨਾ ਚੱਲਦੀਆਂ ਜੀ ਕਰਦੇ ਆ। ਕਿੰਨੇ ਦਾ ਮਰੰਡਾ ਹੈ ਜੀ? ਇਹ 10 ਰੁਪਏ ਆ ਜੀ। ਸਾਰੇ ਕਿੰਨੇ ਦੇ ਆ ਜੀ? ਇਹ ਸਾਰੇ ਜੀ 10 ਰੁਪਏ ਲਾਲਾ, ਇਹ 12 ਤੇ 10 ਤੋਂ 20 21 ਹੋ ਗਈ, 2 ਲੱਖ ਦੇ ਹੋ ਗਏ ਜੀ। ਕਿੰਨੇ ਜੀ? 210 ਦੇ ਹੋ ਗਏ। 210 ਦੇ ਉਹ ਦੂਜੇ ਕਿੰਨੇ ਦੇ ਆ? ਉਹ ਗਿਣੇ ਦੇ ਪਤਾ ਲੱਗੂ ਜੀ। ਗਿਣੋ ਉਹਨਾਂ ਨੂੰ ਵੀ ਗਿਣੋ। ਅਜੇ ਰੱਖਣੀਆਂ ਹੈ ਜੀ? ਹਾਂ ਜੀ ਹਾਂ ਜੀ। ਇੱਥੇ ਰੱਖੋ, ਇੱਥੇ ਨਾਲੇ ਗਿਣੀ ਜਾਓ, ਨਾਲੇ ਰੱਖੀ ਜਾਓ। ਇਹ ਕਿੰਨੇ ਦੇ ਆ? ਆਹ ਰੱਖ ਲਿਓ ਜੀ, ਫੜ ਲਿਓ। ਇਹ 210 ਦੇ ਜੀ। ਸਾਰੇ ਦੱਸੋ ਕਿੰਨੇ? ਬਾਪੂ ਜੀ ਘਰ ਚ ਪਿਆਰ ਹੈਗਾ, ਸਤਿਕਾਰ? ਹਾਂ ਜੀ ਹਾਂ ਜੀ ਹੈਗਾ ਜੀ, ਹੈਗਾ ਜੀ। ਉਹ ਤੋਂ ਸਤਿਕਾਰ ਕਰਦੇ ਆ? ਹਾਂ ਜੀ ਹਾਂ ਜੀ। ਜ਼ਮੀਨ ਹੈਗੀ ਆਪਣੀ? ਹਾਂ ਜੀ। ਖੇਤੀਬਾੜੀ ਵੀ ਹੈਗੀ ਆ? ਨਹੀਂ ਜੀ, ਹੈ ਨਹੀਂ ਜ਼ਮੀਨ, ਥੋੜੀ ਉਹ। ਸੋ ਮੈਂ ਇੱਕ ਗੱਲ ਕਹਿਣਾ ਦੋਸਤੋ, ਵੀ ਆਪਾਂ ਆਮ ਤੌਰ ਤੇ ਦੇਖਦੇ ਹਾਂ ਵੀ ਵੱਡੇ ਵੱਡੇ ਸ਼ੋਅਰੂਮਾਂ ਦੇ ਵਿੱਚ ਜਾ ਕੇ ਆਪਾਂ ਆਪਣੇ ਨੰਬਰ ਵੀ ਬਣਾਉਂਦੇ ਹਾਂ। ਬਹੁਤ ਸਾਰੇ ਲੋਕ ਵੈਸੇ ਚਲੇ ਜਾਂਦੇ ਨੇ ਵੀ ਬਹੁਤ ਸਾਰੇ ਨੰਬਰ ਬਣਾਉਣ ਦੀ ਬਜਾਏ ਚਲੇ ਜਾਂਦੇ ਨੇ, ਮਾਰੇ ਚਲੇ ਜਾਂਦੇ ਨੇ, ਪਰ ਅਜਿਹੇ ਲੋਕਾਂ ਜਿਹੜੇ ਮਿਹਨਤੀ ਲੋਕ ਨੇ ਉਹਨਾਂ ਤੋਂ ਜ਼ਰੂਰ ਕੁਛ ਖਰੀਦਿਆ ਕਰੋ। ਬਾਪੂ ਜੀ ਕਿੰਨੀ ਕੁ ਵਿਕਰੀ ਹੋ ਜਾਂਦੀ ਵੈਸੇ ਦਿਨ ਚ? ਦੇਖੋ ਜੀ, ਕਰੋਨਾ ਟਾਈਮ ਤਾਂ ਹੁੰਦੀ ਨਹੀਂ ਜੀ। ਅੱਛਾ ਜੀ। ਆਹ ਹੁਣ ਥੋੜਾ ਬਹੁਤ ਕੰਮ ਥੋੜਾ ਖੁੱਲਿਆ, ਹੁਣ ਥੋੜਾ ਠੀਕ ਹੈ, ਨਹੀਂ ਤਾਂ ਕਰੋਨਾ ਤਾਂ ਬਹੁਤ ਔਖੇ ਸੀ। ਕਿੰਨੀ ਦੇਰ ਤੋਂ ਕਰਦੇ ਹੋ ਇਹ ਕੰਮ ਜੀ? ਮੈਨੂੰ 4-5 ਸਾਲ ਹੋ ਗਏ ਜੀ। ਬਾਪੂ ਜੀ ਚਲੋ ਧੰਨਵਾਦ ਉਹਨਾਂ ਦਾ, ਤੇ ਬਾਪੂ ਜੀ ਤੁਹਾਡੀ ਮਿਹਨਤ ਨੂੰ ਸਲਾਮ, ਕਿਉਂਕਿ ਅੱਜ ਕੱਲ ਲੋਕ ਮਿਹਨਤ ਤੋਂ ਭੱਜਦੇ ਨੇ। ਬੇਸ਼ੱਕ ਬਜ਼ੁਰਗ ਹੋ ਗਏ ਆ, ਤੁਹਾਡੀ ਬੈਠਣ ਦੀ ਉਮਰ ਹੈ, ਪਰ ਸਾਡੀਆਂ ਸਰਕਾਰਾਂ ਤੇ ਸਾਡੇ ਨਿਕੰਮੇ ਲੀਡਰਾਂ ਕਰਕੇ ਅੱਜ ਤੁਹਾਨੂੰ ਇਹ ਕੰਮ ਕਰਨਾ ਪੈ ਰਿਹਾ। ਉਹਦੇ ਲਈ ਅਸੀਂ ਮੁਆਫੀ ਮੰਗਦੇ ਹਾਂ ਵੀ ਅਸੀਂ ਲੋਕਾਂ ਨੇ ਉਹਨਾਂ ਲੋਕਾਂ ਨੂੰ ਚੁਣਿਆ ਜਿਹੜੇ ਤੁਹਾਡੀ ਇੱਜ਼ਤ ਨਹੀਂ ਕਰਦੇ, ਜਿਨ੍ਹਾਂ ਨੇ ਅੱਜ ਤੁਹਾਨੂੰ ਬਿਠਾ ਕੇ ਖਵਾਉਣਾ ਸੀ, ਜਿਨ੍ਹਾਂ ਪੈਨਸ਼ਨਾਂ ਦੇਣੀਆਂ ਸੀ, ਹੈਨਾ ਜੀ, ਅੱਜ ਉਹਨਾਂ ਲੋਕਾਂ ਕਰਕੇ ਅੱਜ ਤੁਸੀਂ ਸੜਕਾਂ ਤੇ ਕੰਮ ਕਰ ਰਹੇ ਜੀ। ਪੈਨਸ਼ਨ ਲੱਗੀ ਕੁਛ ਨਹੀਂ ਲੱਗਿਆ ਜੀ। ਹਾਂਜੀ, ਜਿਹੜੇ ਘੱਟ ਉਮਰ ਦੇ ਉਹਨਾਂ ਲੱਗੀ, ਸਾਨੂੰ ਲੱਗੀ ਨਹੀਂ ਜੀ। ਤੁਹਾਡੀ ਕਿਰਤ ਨੂੰ ਸਲਾਮ ਹੈ ਬਾਪੂ ਜੀ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਹਾ ਵੀ ਜਦੋਂ ਤੱਕ ਮਨੁੱਖ ਦੀਆਂ ਚੱਲਦੀਆਂ ਉਦੋਂ ਤੱਕ ਕਿਰਤ ਕਰੋ। ਉਹ ਵੀ ਮੈਨੂੰ ਇੱਕ ਤੁਹਾਡਾ ਬਾਈ ਤੁਹਾਡੇ ਵਰਗਾ ਆਇਆ ਸੀ, ਕਹਿੰਦਾ ਬਾਬੇ ਨਾਨਕ ਨੇ ਖੇਤੀ ਕਰੀ, ਬਲਾਟ ਉਮਰ ਜਾ ਕੇ ਬੁਢਾਪੇ ਚ ਖੇਤੀ ਕਰੀ, ਉਹ ਮੈਨੂੰ ਉਹ ਬਹੁਤ ਦੇਖ ਗਿਆ ਭਰੋਸਾ ਵਿਚਾਰਾ। ਅਹਿਮਦ ਲਾੜੀ ਬਾਪੂ ਆ ਇੱਥੇ ਮੈਂ ਬਾਪੂ। ਹਾਂਜੀ, ਪਤਾ ਰਹੀ ਹੋਰ ਤੋਂ ਜਾਣਾ ਪਰ ਤੋਂ ਸਰੀਰ ਠੀਕ ਰਹਿੰਦਾ ਤੁਹਾਡਾ? ਹਾਂਜੀ ਹਾਂਜੀ, ਅਸੀਂ ਕਿਰਪਾ ਕਰਦਾ ਪਤਾ ਨਹੀਂ, ਕੱਢ ਦੋ ਤੁਹਾਨੂੰ ਅੱਗੇ ਲਾਉਣੀ ਹੈ, ਲਾਉਣਾ ਲਾਉਣਾ ਚੱਲਦਾ ਪਤਾ ਨਹੀਂ ਜੀ, ਐਵੇਂ ਖੀਏ ਤੁਹਾਨੂੰ ਮਹਾਰਾਜ ਕਿਰਪਾ। ਨਾਮ ਕੀ ਬਾਪੂ ਜੀ ਤੁਹਾਡਾ? ਮੇਰਾ ਨਾਮ ਹਰਪਾਲ ਸਿੰਘ ਹੈ ਜੀ। ਹਰਪਾਲ ਸਿੰਘ, ਕਿੰਨੇ ਪੁੱਤਾ ਜੀ? ਦੋ ਮੁੰਡੇ ਨੇ ਜੀ। ਚਲੋ ਲਾਇਕ ਹੈ, ਠੀਕ ਹੈ ਕੰਮ। ਹਾਂਜੀ ਹਾਂਜੀ, ਠੀਕ ਨੇ, ਠੀਕ ਆ, ਸਤਿਕਾਰ ਆ ਤੁਹਾਡਾ। ਹਾਂਜੀ ਹਾਂਜੀ, ਪਰਿਵਾਰ ਚ। ਹਾਂਜੀ ਹਾਂਜੀ, ਜਿਹਨਾਂ ਦੇ ਲੇਡੀ ਦੇ ਪਿਆ ਭਾਈ ਤੁਹਾਡੇ? ਹਾਂਜੀ ਆ ਭਾਈ। ਚਲੋ ਸ਼ੁਕਰੀਆ ਬਾਪੂ ਜੀ, ਧੰਨਵਾਦ ਜੀ। ਠੀਕ ਹੈ ਜੀ ਪੁੱਤ। ਓਕੇ ਜੀ, ਵਧੀਆ ਜੀ ਕੰਮ, ਵਧੀਆ ਭਾਈ ਜੀ ਕਿਰਪਾ ਚੱਲਦੀ। ਚਲੋ ਚਲੋ ਠੀਕ, ਚੰਗਾ ਜੀ, ਸਤਿ ਸ੍ਰੀ ਅਕਾਲ ਜੀ। ਸੋ ਦੋਸਤੋ, ਜ਼ਰੂਰ ਲੈ ਲਿਆ ਕਰੋ ਬਜ਼ੁਰਗਾਂ ਤੋਂ। ਆਪਾਂ ਬਜ਼ੁਰਗ ਹੈ, ਇਹਨਾਂ ਦੀ ਉਮਰ ਤਾਂ ਬੈਠਣ ਦੀ ਹੈ, ਪਰ ਜਿੱਥੇ ਆਪਾਂ ਔਲਾਦ ਨੂੰ ਨਹੀਂ ਉਹ ਕਹਿ ਸਕਦੇ, ਨਾ ਆਪਾਂ ਇਹ ਕਹਿੰਦੇ ਹਾਂ ਵੀ ਘਰ ਬੈਠੇ। ਮੈਂ ਤਾਂ ਕਹਿੰਦਾ ਕਿ ਕਿਉਂਕਿ ਜਿਹੜੇ ਲੋਕਾਂ ਨੇ ਬਹੁਤ ਜ਼ਿਆਦਾ ਬਜ਼ੁਰਗਾਂ ਨੇ ਕੰਮ ਕੀਤਾ ਹੁੰਦਾ ਨਾ ਆਪਣੀ ਜਵਾਨੀ ਦੇ ਵਿੱਚ ਜਾਂ ਫਿਰ ਆਪਣੀ ਸਾਰੀ ਉਮਰ ਦੇ ਵਿੱਚ, ਤਾਂ ਉਹਨਾਂ ਤੋਂ ਬੈਠਿਆ ਨਹੀਂ ਜਾਂਦਾ ਘਰਾਂ ਦੇ ਵਿੱਚ, ਤੇ ਉਹ ਫਿਰ ਇਸ ਤਰ੍ਹਾਂ ਕੰਮ ਕਰਦੇ, ਕਿਰਤ ਕਰਦੇ ਨੇ। ਕਿਰਤ ਕਿਸੇ ਵੀ ਉਮਰ ਦੇ ਵਿੱਚ ਕੀਤੀ ਜਾ ਸਕਦੀ ਹੈ, ਪਰ ਸਾਨੂੰ ਇਹਨਾਂ ਲੋਕਾਂ ਕੋਲੋਂ ਜ਼ਰੂਰ ਖਰੀਦਣਾ ਚਾਹੀਦਾ।
क्योंकि असि वे वे शोरूम जाके पांच पांच सत सत हजार दिया पेंटा खरीद दे फिर असि पार्टियां जदों कर दे फिर अपा नशा ही भुला दें लखा रुपए का उन्हें तो कोई काम भी नहीं करना ना ओ पुन लगना ना तो शरीर फलना ये काम देखो बच्चों एक तो आप दे देंगे ये मुरिंडा जेडे हम गरीब बच्चों वंडा गे उ भी पुन हो जाना बापू जी को अपने लै लिया उन्हों की किरत सफला होगी एक पुन भी आप कह सकते हैं इन्होंने बजुर्ग कर रहे थे उन्होंने मेहनत का मुल पै गया चलो पर जरा ले अपने इतने हम झुग्गिया झोपड़िया वाले बच्चे हो गए उन्होंने दे देंगे घर दे देंगे सो जरूर जे थोड़े च परमात्मा ने थानू इना दिता है मैं भीख के खिलाफ हाँ भाई जी मैं मतलब के जेडे सारा हथ पैर चलते भीख मंगल उन्होंने मैं कदे नहीं दिना पर कीरती लोगों का सत्कार करो ता जो कीरती लोगों असी साड़ी मतलब के नलायकी पता की रही है एक भाई जी साड़ी नलायकी ए रही है भाई अपने हुण तक अपनी कौम के जेडे लोग ने उन्हां दे बिजनेस नहीं चलाए अपा दूजे लोगों तो समान ले लेंदे आ पर मैं होर धर्मां दे लोग देखिया यहूदी हो गए जां होर जिहड़े हो गए ने ओह 100-150 किलोमीटर भी दूर चले जांदे ने खरीदण दे लई तां असीं अपनी कौमां नूं बचा सकदे आ सत्कार सारियां कौमां दा करो किसी दे नाल नफरत ना करो पर अपनी जिथे तक तुसीं संभाल सकदे हो अपने बंदिआं नूं पंजाबी लोगों नूं मैं नहीं कहना भी किसी धर्म की खास तो जेड़े पंजाब दे ने आपां उन्हां दा भी ख्याल रखिए ठीक है जेड़े बाहरों परदेसी आए हुए ने वह भी किरत करते हैं उन्होंने भी कमाना है उन्होंने तो भी अपन ने लेना पर ध्यान पहल के आधार पर अपना जरूर रखा करो जिन्ना क सरदा बनता उन्ना कर लिया करो सो मेहर करे ये बापू जी का काम काज इस तरह चले कीर्ति लोगों का हमेशा मुल पवे तो साढ़े लीडर वो आगे जेडे इन्हों बिठा के और इन्हों की जो हूं तक की मेहनत है जिदे करके अज पंजाब खड़ा है तो वह मुल जोड़ा है आप बाद पाइए अजे लोग साढ़े पंजाब के आन तो पंजाब फिर खुशहाल हो सके बहुत शुक्रिया धन्यवाद मेरा नाम नीलम है मेरे घर का नाम सरदार सूबा सिंह असी पिंड आले वाले के रहने वाले हैं फिरोजपुर जिला फिरोजपुर तो मेरे कैंसर हो गया 2000 तो मैं पी जी आई चंडीगढ़ तो इलाज करवाया जी उत्थे ऑपरेशन किया उन्होंने मेरा ऑपरेशन करता तो इलाज लूज तो बाद मैं 2 साल बाद फिर कैंसर फुट पिया फिर मैंने इन्होंने दस्या रोमोस्टैटिक वालों का फिर मैं इतने चली गई तो इतने मैंने जाने उन्होंने 8 दिन की दवाई दी तो 8 दिन बाद मैं थोड़ा फर्क पैना शुरू हो गया कि मैं पहला ऐसा कि नहीं बचती फिर मर के जो इन्हें दवाई दी तो मैं बहुत फर्क पै गया 8 दिन जी थोड़ा जहा पैना फर्क हो गया 3 महीने का इलाज से इन्हों का भी 3 महीने से दवाई खवावे फिर ठीक करा तेन वो 3 महीनों के भी 8 दिन घट ही खाधी दवाई तो मैं ठीक हो गई बिल्कुल फिर मैं इतों बागी तो करवाया सीटी स्कैन करवाई सारे टेस्ट दोबारा करवाए भी कैंसर हो फिर रहता नहीं गया कि वो कहते नहीं जी हूँ तू बिल्कुल ठीक है।